ਪਿਆਰਿਓ, ਅਸੀਂ ਸੁਣਦੇ ਆਏ ਹਾਂ ਕਿ ਖੂਬਸੂਰਤੀ ਸਾਡੇ ਅੰਦਰ ਹੈ। ਅਤੇ ਦੋਸਤੋ, ਇਹ ਝੀਲਾਂ, ਇਹ ਪਹਾੜ, ਇਹ ਬਿਰਖ, ਇਹ ਝਰਨੇ, ਜੇ ਸਾਡੇ ਅੰਦਰ ਖੂਬਸੂਰਤੀ ਆ ਤਾਂ ਸਾਨੂੰ ਸੋਹਣੇ ਲੱਗਦੇ ਆ। ਅਤੇ ਜੇ ਸਾਡੀ ਅੱਖ ਨੂੰ ਵੇਖਣ ਦਾ ਚੱਜ ਨਾ ਹੋਵੇ ਤਾਂ ਇਹਨਾਂ ਦੇ ਵਿੱਚ ਬੈਠਾ ਬੰਦਾ ਇਹਨਾਂ ਤੋਂ ਵਿਰਵਾ ਰਹਿ ਜਾਂਦਾ ਹੈ। ਦੋਸਤੋ, ਇਹ ਤੁਹਾਡੇ ਵੇਖਣ ਸੁਣਨ ਦੀ ਕਲਾ ਹੀ ਹੈ ਕਿ ਤੁਸੀਂ ਪੌਣਾਂ 'ਚੋਂ ਸਰੰਗੀਆਂ ਮੰਝਲੀਆਂ ਸੁਣ ਲੈਂਦੇ ਹੋ, ਪਾਣੀਆਂ 'ਤੇ ਉਤਰਦਾ ਅੱਖਾਂ ਦਾ ਰੰਗ ਟੱਕ ਲੈਂਦੇ ਹੋ। ਅਤੇ ਦੋਸਤੋ, ਯਕੀਨ ਕਰਿਓ, ਕਦੇ ਵੱਡੇ ਤੜਕੇ ਜਾਂ ਟਿੱਕੀ ਰਾਤ 'ਚ ਇਹੋ ਜਿਹੀ ਥਾਂ 'ਤੇ ਆਇਓ ਤਾਂ ਫਿਰ ਤੁਸੀਂ ਸੁਣ ਸਕੋ ਕਿ ਜਿਹੜੇ ਇੱਥੇ ਕੀਰਤਨ ਹੁੰਦਾ ਹੈ। ਇੱਥੇ ਬੈਠੇ ਜੀਵ ਹੱਥਾਂ 'ਚ ਸਰੰਗੀਆਂ ਅਲਗੋਜ਼ੇ ਬੀਨਾ ਫੜੀ ਕੁਦਰਤ ਦੇ ਸੋਹਲੇ ਗਾ ਰਹੇ ਹੁੰਦੇ ਆ। ਅਤੇ ਦੋਸਤੋ, ਤੁਹਾਡੇ ਵੇਖਣ ਦਾ ਨਜ਼ਰੀਆ ਹੁੰਦਾ ਹੈ ਕਿ ਤੁਹਾਨੂੰ ਪਾਣੀ ਦੀ ਛੱਲ ਜਦੋਂ ਆਉਂਦੀ ਹੈ ਤਾਂ ਤੁਹਾਨੂੰ ਲੱਗਦੀ ਹੈ ਕਿ ਕੰਢੇ 'ਤੇ ਬੈਠੇ ਰੇਤੇ ਉੱਗੇ ਘਾਹ ਵੱਟਿਆਂ ਨੂੰ ਮਿਲਣ ਆਈ ਹੈ, ਤਾਂ ਉਹਨਾਂ ਨੂੰ ਗਲ ਲਾ ਕੇ ਜਦੋਂ ਪਿੱਛੇ ਮੁੜਦੀ ਹੈ ਤਾਂ ਉਹਦੇ ਮੁੜ ਕੇ ਆਉਣ ਤੱਕ ਉਹਦੀ ਮੁਹੱਬਤ 'ਚ ਖੀਵੇ ਹੋਏ ਰਹਿੰਦੇ ਆ। ਦੋਸਤੋ, ਜੀ ਸ਼ਾਇਰ ਦੀ ਗੱਲ ਲਈ, ਇਹ ਸ਼ਾਇਰ ਦੇ ਜ਼ਿਕਰ ਲਈ ਅਸੀਂ ਸਾਰੀਆਂ ਗੱਲਾਂ ਕਰ ਰਹੇ ਹਾਂ। ਉਹਦਾ ਨਾਂ ਹਰਮਨਜੀਤ ਹੈ, ਇੱਕ ਕਿਤਾਬ ਆਈ ਰਾਣੀ ਤੱਤ। ਅਤੇ ਦੋਸਤੋ, ਮੈਂ ਬਹੁਤਾ ਲੰਮੇ ਸਮੇਂ ਤੋਂ ਹਰਮਨਜੀਤ ਜੀ ਦੀ ਕਿਤਾਬ ਨੂੰ ਸੁਣਿਆ ਜਾਂ ਪੜ੍ਹਿਆ ਨਹੀਂ, ਡੇਢ ਦੋ ਮਹੀਨੇ ਤੋਂ ਉਹਨਾਂ ਨੂੰ ਸੁਣਿਆ ਪੜ੍ਹਿਆ ਤਾਂ ਉਹਨਾਂ ਦੀ ਮੁਹੱਬਤ ਨਾਲ ਭਰ ਗਿਆ, ਉਹਨਾਂ ਦੇ ਸੁੱਚੇ ਸ਼ਬਦਾਂ ਨਾਲ, ਅਹਿਸਾਸਾਂ ਨਾਲ, ਜਜ਼ਬਿਆਂ ਨਾਲ। ਸੋ ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਦੀ ਲੱਗਦੀ ਉਸਦੀ ਕਵਿਤਾ। ਜਿਸ ਉਮਰ ਦੇ ਵਿੱਚ ਦੋਸਤੋ ਗੱਭਰੂ ਸ਼ੋਹਰਤ ਪਾਉਣ ਲਈ ਕਈ ਅਡੰਬਰ ਕਰ ਰਹੇ ਹੁੰਦੇ ਆ, ਇੱਦਾਂ ਲੱਗਦਾ ਹੈ ਹਰਮਨਜੀਤ ਵੱਟੇ ਵੱਟ ਹੁੰਦਾ ਕੁਦਰਤ ਦੇ ਸੋਹਲੇ ਗਾਉਂਦਾ ਆ ਰਿਹਾ ਹੈ। ਕਿਤੇ ਉਹ ਕਿਸਾਨਾਂ ਦੀ ਗੱਲ ਕਰ ਰਿਹਾ ਹੈ, ਕਿਤੇ ਧੀਆਂ ਮੁਟਿਆਰਾਂ ਦੀ ਗੱਲ ਕਰਦਾ ਆਉਂਦਾ ਹੈ ਕਿ ਕੁੜੀਆਂ ਕੇਸ ਵਾਹੁੰਦੀਆਂ ਨੇ ਅਤੇ ਸੂਰਜ ਧੁੱਪਾਂ ਕਰਦਾ ਹੈ, ਲੈ ਦੇ ਵੀਰਾ, ਅਤੇ ਕਿਤੇ ਮਹਿਬੂਬ ਦੀ ਗੱਲ ਕਰਦਾ ਆਖਦਾ ਹੈ ਮੈਂ ਤੈਥੋਂ ਵੱਧ ਕੇ ਸੋਹਣਾ ਕੋਈ ਵੀ ਵੇਖਿਆ ਨਾ। ਦੋਸਤੋ, ਪਿਛਲੇ ਦਿਨਾਂ 'ਚ ਜਦੋਂ ਹਰਮਨਜੀਤ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਣ ਦਾ ਸੋਹਣਾ ਸੱਦਾ, ਸੋਹਣਾ ਸੁਨੇਹਾ, ਸੋਹਣੀ ਖਬਰ ਸੁਣੀ ਤਾਂ ਇੱਦਾਂ ਲੱਗਾ ਇਹ ਸੋਹਣੀ ਖਬਰ, ਇਹ ਸੋਹਣਾ ਮਾਨ ਇਕੱਲੇ ਹਰਮਨਜੀਤ ਦੀ ਕਵਿਤਾ ਲਈ ਨਹੀਂ ਹੈ, ਇਹ ਉਹਨਾਂ ਸਾਰੇ ਸ਼ਾਇਰਾਂ ਲਈ ਹੈ ਜੋ ਚੰਗਾ ਲਿਖਦੇ ਨੇ। ਅਤੇ ਇੱਦਾਂ ਲੱਗਾ ਜਿਵੇਂ ਕੁਦਰਤ ਇਹ ਅਵਾਰਡ ਇੱਦਾਂ ਆਖ ਰਿਹਾ ਹੋਵੇ ਕਿ ਅੱਖ ਪੱਟੋ ਫਜ਼ਰ ਦਾ ਵੇਲੜਾ ਜੀ, ਕਿ ਹੁਣ ਸੋਹਣਾ ਲਿਖਣ ਵਾਲਿਆਂ ਦਾ ਵੇਲੜਾ ਹੈ। ਅਤੇ ਦੋਸਤੋ, ਮੈਲੇ ਸ਼ਬਦਾਂ ਦਾ ਫਿਕਰ ਕਰਨਾ ਠੀਕ ਹੈ, ਪਰ ਅਸੀਂ ਸੋਹਣਿਆਂ ਸ਼ਬਦਾਂ ਦੀ ਵਡਿਆਈ, ਉਹਨਾਂ ਦੀ ਪ੍ਰਸ਼ੰਸਾ ਇੰਨੀ ਕਰ ਲਈਏ ਕਿ ਸੋਹਣਿਆਂ ਸ਼ਬਦਾਂ ਦਾ ਤੇਜ਼ ਉਹ ਮੈਲਿਆਂ ਸ਼ਬਦਾਂ ਨੂੰ ਸੁਥਰਾ ਕਰ ਦੇਵੇ। ਮੈਂ ਸੋਚਦਾ ਕਿ ਰਾਣੀ ਤੱਤ ਕਿਤਾਬ ਹਰ ਘਰ ਦਾ ਸ਼ਿੰਗਾਰ ਚਾਹੀਦੀ ਹੈ, ਉਹਦੇ ਗੀਤਾਂ ਨੂੰ ਇੰਨੀ ਕੁ ਮੁਹੱਬਤ ਦਿਓ ਦੋਸਤੋ ਕਿ ਜਦੋਂ ਸ਼ਾਇਰ ਸੋਹਣਿਆਂ ਗੀਤਾਂ ਦੇ ਮੂੰਹ ਧਵਾ ਕੇ ਤੁਹਾਡੇ ਵਿਹੜਿਆਂ ਨੂੰ ਤੋੜਦੇ ਨੇ ਤਾਂ ਗੀਤਾਂ ਦੇ ਤੁਹਾਡੇ ਵਿਹੜੇ ਵੱਲ ਲੱਗਿਆਂ ਪੈਰ ਨਾ ਤਰਕਣ। ਜੀ ਦੋਸਤੋ, ਇੰਨਾ ਹੀ ਕਹਾਂਗਾ ਕਿ ਹਰਮਨ ਸਾਡੇ ਜਿਹੜਾ ਨੌਜਵਾਨ 26 ਸਾਲ ਦੀ ਉਮਰ ਜਿਹਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ, ਉਹ ਅੱਜ ਦੇ ਯੁੱਗ ਦਾ ਸ਼ਾਇਰ ਆ, ਉਹਨੂੰ ਆਉਂਦੀਆਂ ਪੀੜ੍ਹੀਆਂ ਗਾਉਣਗੀਆਂ, ਯਾਦ ਰੱਖਣਗੀਆਂ। ਸੋ ਸਾਨੂੰ ਬੜਾ ਮਾਣ ਹੈ ਇਹ ਸ਼ਾਇਰ 'ਤੇ, ਅਤੇ ਇਹੀ ਆਸ ਕਰਦਾ ਕਿ ਉਹਦੀ ਕਲਮ 'ਚੋਂ ਇਸੇ ਤਰ੍ਹਾਂ ਦੇ ਸੋਹਣੇ ਅਹਿਸਾਸ, ਸੋਹਣੇ ਸ਼ਬਦਾਂ 'ਚ ਜਨਮ ਲੈਂਦੇ ਰਹਿਣਗੇ, ਅਤੇ ਸਾਰੇ ਰਾਣੀ ਤੱਤ ਨੂੰ ਉਹਦੇ ਗੀਤਾਂ ਨੂੰ ਖੂਬ ਮੁਹੱਬਤ ਦਿਓ। ਥੈਂਕ ਯੂ ਜੀ।